ਅਸੀਂ ਆਪਣੇ ਪਿਛਲੇ ਸਾਲ ਦਾ ਗੰਨੇ ਦਾ ਬਕਾਇਆ ਲੈਣ ਲਈ ਗਾਂ ਜਿਹੜੀਆਂ ਮਿੱਲਾਂ ਵਾਲਿਆਂ ਨੇ ਵੰਡ ਕੀਤਾ ਉਹ ਮੋਟੇ ਮੋਟੇ ਕਿਸਾਨਾਂ ਦਾ ਵੰਡ ਕੀਤਾ, ਛੋਟੇ ਕਿਸਾਨ ਜਿਹੜੇ ਪਿੰਡਾਂ ਦੇ ਵਿੱਚ 5 ਕਿੱਲੇ ਵਾਲਾ 4 ਕਿੱਲੇ ਵਾਲਾ ਉਹਦਾ ਵੰਡ ਹੀ ਨਹੀਂ ਕੀਤਾ ਗਿਆ, ਉਹ ਵੰਡ ਕਰਵਾਉਣ ਲਈ ਅੱਜ 9ਵੇਂ ਦਿਨ 'ਚ ਅਸੀਂ ਬੈਠੇ ਹਾਂ। ਰਾਤ ਦਿਨ ਦਾ ਅਸੀਂ ਧਰਨਾ ਲੱਗਾ, ਅਜੇ ਤੱਕ ਕਿਸੇ ਨੇ ਵੀ ਸਾਡੀ ਜਿਹੜੀ ਆਵਾਜ਼ ਨਹੀਂ ਪੁੱਛੀ। ਇੱਥੋਂ ਦੀ ਸਰਕਾਰ ਨੇ ਇੱਕ ਦਿਨ DC ਨਾਲ ਮੀਟਿੰਗ ਹੋਈ 25 ਤਰੀਕ ਨੂੰ, ਅਤੇ ਉਹਨੇ ਵੀ ਸਾਨੂੰ ਵਿਸ਼ਵਾਸ ਦਿਆ ਕਿ ਮਿੱਲਾਂ ਦੇ ਅਧਿਕਾਰੀ ਸੱਦ ਕੇ ਮੈਂ ਮੀਟਿੰਗ ਕਰਵਾਉਣਾ। ਦੁਬਾਰਾ ਹੁਣ ਵੀ ਕੋਈ ਅਧਿਕਾਰੀ ਨਹੀਂ ਸੱਦੇ ਮਿੱਲਾਂ ਦੇ, ਨਾ ਸਾਡੇ ਨਾਲ ਕੋਈ ਗੱਲਬਾਤ ਕਰਾਈ ਆ। ਇਸ ਕਰਕੇ ਜਿੰਨਾ ਚਿਰ ਸਾਡਾ ਗੰਨੇ ਦਾ ਬਕਾਇਆ ਨਹੀਂ ਮਿਲਦਾ ਉਹਨਾਂ ਚਿਰ ਇਹ ਧਰਨਾ ਜਿਹੜਾ ਰਾਤ ਦਿਨ ਦਾ ਲਗਾਤਾਰ ਚੱਲੂ ਰਹੇਗਾ। ਜੇ ਪੈਸੇ ਮਿਲਣਗੇ ਤਾਂ ਇਹ ਧਰਨਾ ਉੱਠੇਗਾ, ਨਹੀਂ ਆ ਤਾਂ। ਤੁਹਾਡੇ ਵੱਲੋਂ ਕੀ ਕੀਤਾ ਗਿਆ ਜੀ? ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤਾਂ ਜੇ ਕਮ ਸੇ ਕਮ ਰੋਜ਼ੇ ਰੋਜ਼ ਕੋਈ ਨਵਾਂ ਐਕਸ਼ਨ ਦਿਆਂਗੇ, ਇਹ ਸਰਕਾਰ ਦੇ ਉੱਤੇ ਜਿਹੜਾ ਦਬਾਅ ਬਣਾਵਾਂਗੇ। ਇਸ ਕਰਕੇ ਅੱਜ ਅਸੀਂ ਪੁਤਲਾ ਫੂਕ ਕੇ ਹੁਣੇ ਉੱਥੋਂ ਆਏ। ਜੇ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤੁਹਾਡੀ? ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅਗਲਾ ਐਕਸ਼ਨ ਜਿਹੜਾ ਫਿਰ ਕਮੇਟੀ ਬੈਠੇਗੀ, ਅਗਲਾ ਐਕਸ਼ਨ ਜਿਹੜਾ ਉਹ ਸੋਚ ਕੇ ਜੋ ਵੀ ਤੈਅ ਹੋਏਗਾ ਮੁੜ ਕੇ ਅਗਲਾ ਐਕਸ਼ਨ ਕਰਨ ਲਈ ਤਿਆਰ ਹੋ। ਜ਼ਿਲ੍ਹੇ ਗੁਰਦਾਸਪੁਰ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨ ਆਏ ਸੀ। ਅੱਜ ਅਸੀਂ ਮਤਲਬ ਪੰਜਾਬ ਸਰਕਾਰ ਦੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਹੈ ਅਤੇ ਸਾਡੀਆਂ ਮੁੱਖ ਤੌਰ 'ਤੇ ਮੰਗਾਂ ਇਹ ਹਨ ਕਿ ਪਿਛਲੇ ਸਾਲ ਦਾ ਗੰਨੇ ਦਾ ਜਿਹੜਾ 1 ਕਰੋੜ ਰੁਪਈਆ ਮਿੱਲਾਂ ਵੱਲ ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ ਪਿਆ ਹੈ ਉਹ ਛੇਤੀ ਤੋਂ ਛੇਤੀ ਲੋਕਾਂ ਨੂੰ ਦਿੱਤਾ ਜਾਏ ਅਤੇ ਇਸ ਸਾਲ ਦੀ ਵੀ ਜਿਹੜੀ ਪੇਮੈਂਟ ਹੈ ਉਹ ਰੈਗੂਲਰ ਕੀਤੀ ਜਾਵੇ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਨਾਲ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਤਬਾਹ ਹੋ ਗਈ ਆ ਉਹਦੀਆਂ ਸਪੈਸ਼ਲ ਗਰਦੌਰੀਆਂ ਕਰਵਾਈਆਂ ਜਾਣ ਅਤੇ ਲੋਕਾਂ ਨੂੰ ਬਣਦਾ ਯੋਗ ਮੁਆਵਜ਼ਾ ਕਣਕ ਦਾ ਦਿੱਤਾ ਜਾਵੇ। ਇਹਨਾਂ ਮਿੱਲਾਂ ਵਾਲਿਆਂ ਨੇ ਜਿਹੜਾ ਗੰਨੇ ਦਾ ਸਰਵੇ ਕਰਵਾਇਆ ਸੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਉਸ ਸਰਵੇ ਨੂੰ ਆਧਾਰ ਮੰਨ ਕੇ ਜਿਹੜਾ ਕਿਸਾਨਾਂ ਦਾ ਅਜੇ ਤੱਕ ਵੰਡ ਨਹੀਂ ਹੋਇਆ ਉਹ ਵੰਡ ਕੀਤਾ ਜਾਵੇ ਅਤੇ ਉਹਦੇ ਮੁਤਾਬਕ ਉਹਨਾਂ ਨੂੰ ਪਰਚੀਆਂ ਦਿੱਤੀਆਂ ਜਾਣ। ਜਿਹੜਾ ਛੋਟਾ ਕਿਸਾਨ ਹੈ 2 ਏਕੜ 3 ਏਕੜ ਵਾਲਾ ਉਹਨੂੰ ਅਜੇ ਤੱਕ ਵੀ ਕੋਈ ਗੰਨੇ ਦੀ ਪਰਚੀ ਨਹੀਂ ਮਿਲੀ। ਅਸੀਂ ਇਹਨਾਂ ਮਿੱਲਾਂ ਵਾਲਿਆਂ ਨੂੰ ਪ੍ਰਸ਼ਾਸਨ ਵਾਲਿਆਂ ਨੂੰ ਇਹ ਗੱਲ ਕਹਿੰਦੇ ਹਨ ਕਿ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜੀਆਂ ਗੰਨੇ ਦੀਆਂ ਪਰਚੀਆਂ ਦਿੱਤੀਆਂ ਜਾਣ। ਆਉਣ ਵਾਲੇ ਸਮੇਂ 'ਚ ਜੇ ਪਿਛਲੀ ਪੇਮੈਂਟ ਗੰਨੇ ਦੀ ਨਹੀਂ ਹੁੰਦੀ ਤਾਂ ਸਾਡੀ ਕਮੇਟੀ ਬੈਠ ਕੇ ਫੈਸਲਾ ਕਰੂਗੀ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਸੰਘਰਸ਼ ਨੂੰ ਨਵਾਂ ਰੂਪ ਕਿਵੇਂ ਦੇਣਾ ਹੈ। ਅੱਜ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਦੇ ਧਰਨੇ ਵਿੱਚ ਸਾਬਕਾ ਸੈਨਿਕ
ਸਾਬਕਾ ਸੈਨਿਕਾਂ ਸਾਬਕਾ ਫੌਜੀਆਂ ਦੀ ਜਥੇਬੰਦੀ ਵੀ ਸ਼ਾਮਿਲ ਹੋਈ ਆ, ਨੌਜਵਾਨ ਸਰਵ ਭਾਰਤ ਨੌਜਵਾਨ ਸਭਾ ਵਾਲੇ ਵੀ ਸ਼ਾਮਿਲ ਹੋਏ ਹਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਚੌਂਕੀਦਾਰਾਂ ਦੀ ਯੂਨੀਅਨ ਹੈ ਉਹ ਵੀ ਸਾਡੇ ਵਿੱਚ ਸ਼ਾਮਿਲ ਹੋ ਗਈ ਆ।